ਸ੍ਰੀਕਲਜੀ ਹਾਜ਼ਿਰ ਹੈ ਨਵਾਂ ਐਪੀਸੋਡ ਰਿਸ਼ਤੇ ਰਿਸ਼ਤੇ ਪ੍ਰੋਗਰਾਮ ਦਾ ਐਨਆਰਆਈ ਮੈਰਿਜ ਬਿਊਰੋ ਦੇ ਦੁਆਰਾ ਤੇ ਸ਼ੇਅਰ ਕਰਾਂਗੇ ਹੋਰ ਕੁਝ ਖਾਸ ਪ੍ਰੋਫਾਈਲਸ ਜਿਨ੍ਹਾਂ ਦੇ ਲਈ ਰਿਕੁਆਇਰਮੈਂਟ ਹੈ ਅਰਜੈਂਟ ਪਰਫੈਕਟ ਮੈਚ ਦੀ ਤੇ ਪ੍ਰੋਫਾਈਲਸ ਨੂੰ ਸੁਣ ਕੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਿਸੇ ਵੀ ਪ੍ਰੋਫਾਈਲ ਦੇ ਨਾਲ ਮੈਚ ਕਰਦੇ ਹੋ ਤੁਸੀਂ ਸਾਨੂੰ ਕੰਟੈਕਟ ਕਰਨਾ ਹੈ ਸਾਡੇ ਨੰਬਰ 647886000 ਤੇ ਜਾਂ ਫਿਰ ਵਿਜ਼ਿਟ ਕਰਨਾ ਹੈ ਸਾਡੀ ਵੈਬਸਾਈਟ www.nriamb.com ਤੇ ਸ਼ੇਅਰ ਕਰਦੇ ਹਾਂ ਤੁਹਾਡੇ ਨਾਲ ਅੱਜ ਦੇ ਇਸ ਐਪੀਸੋਡ ਦੇ ਕੁਝ ਖਾਸ ਪ੍ਰੋਫਾਈਲਸ ਤੇ ਪਹਿਲੀ ਪ੍ਰੋਫਾਈਲ ਜੋ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਉਹ ਹੈ 35 ਸਾਲਾਂ ਦੇ 5 ਫੁੱਟ 6 ਇੰਚ ਦੇ ਗੁੱਡ ਲੁਕਿੰਗ ਪਰਮਨੈਂਟ ਰੈਜ਼ੀਡੈਂਟ ਅਰੋੜਾ ਹਿੰਦੂ ਲੜਕੇ ਦੀ ਆਸਟ੍ਰੇਲੀਆ ਤੋਂ ਹੈ ਜਿਨ੍ਹਾਂ ਨੇ ਹਾਈ ਸਕੂਲ ਕੰਪਲੀਟ ਕੀਤਾ ਤੇ ਐਜ਼ ਡਰਾਈਵਰ ਜੌਬ ਕਰਦੇ ਨੇ ਆਪਣੀ ਬੈਕਗ੍ਰਾਉਂਡ ਇਹਨਾਂ ਦਾ ਸੰਗਰੂਰ ਪੰਜਾਬ ਤੋਂ ਹੈ ਇਹਨਾਂ ਨੂੰ ਤਲਾਸ਼ ਹੈ ਜੀ ਅਨਮੈਰਿਡ ਜਾਂ ਵਿਡੋ ਅਵੋਰਸੀ 28 ਤੋਂ 35 ਸਾਲਾਂ ਦੀ ਉਮਰ ਦੇ ਵਿੱਚ ਸਿਟੀਜ਼ਨ ਪਰਮਨੈਂਟ ਰੈਜ਼ੀਡੈਂਟ ਲੜਕੀ ਦੀ ਆਸਟ੍ਰੇਲੀਆ ਅਤੇ ਇੰਡੀਆ ਤੋਂ ਸੋ ਨੈਕਸਟ ਪ੍ਰੋਫਾਈਲ 43 ਸਾਲਾਂ ਦੇ 5 ਫੁੱਟ 8 ਇੰਚ ਦੇ ਵਿਡੋ ਸਿੱਖ ਰਵਿਦਾਸੀਆ ਲੜਕੀ ਦੀ ਹੈ ਮੋਹਾਲੀ ਤੋਂ ਇਹਨਾਂ ਨੇ ਬੈਚਲਰਜ਼ ਇਨ ਬੀ ਡੀ ਐਸ ਕੀਤੀ ਹੈ ਤੇ ਮੈਡੀਕਲ ਆਫੀਸਰ ਦੇ ਤੌਰ ਤੇ ਜੌਬ ਕਰਦੇ ਨੇ ਤਲਾਸ਼ ਹੈ ਇਹਨਾਂ ਨੂੰ 43 ਤੋਂ 47 ਸਾਲਾਂ ਦੀ ਉਮਰ ਦੇ ਡਿਵੋਰਸਡ, ਵਿਡੋ, ਸੈਪਰੇਟਿਡ ਸਿੱਖ ਰਵਿਦਾਸੀਆ ਕਾਸਟ ਨੋਬਲ ਲੜਕੇ ਦੀ ਇੰਡੀਆ, ਯੂ ਐਸ ਏ ਅਤੇ ਕੈਨੇਡਾ ਤੋਂ ਨੈਕਸਟ ਪ੍ਰੋਫਾਈਲ ਸ਼ੇਅਰ ਕਰਦੇ ਹਾਂ ਜੀ ਤੁਹਾਡੇ ਨਾਲ 5 ਫੁੱਟ 4 ਇੰਚ ਦੇ 28 ਸਾਲਾਂ ਦੇ ਗੁੱਡ ਲੁਕਿੰਗ ਕੈਨੇਡੀਅਨ ਸਿਟੀਜ਼ਨ Hindu Naidu ਲੜਕੇ ਦੀ ਬੈਚਲਰਸ ਇਹਨਾਂ ਨੇ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਵਿੱਚ ਕੀਤੀ ਹੈ ਸੌਫਟਵੇਅਰ ਕੰਸਲਟੈਂਟ ਦੇ ਤੌਰ ਤੇ ਜੋਬ ਕਰਦੇ ਨੇ ਤੇ ਤਲਾਸ਼ ਕਰਦੇ ਨੇ ਖੁੱਦ ਦੇ ਲਈ 24 ਤੋਂ 28 ਸਾਲਾਂ ਦੀ ਉਮਰ ਦੇ ਅਨਮੈਰਿਡ ਜੋ ਕਿ ਸਿਟੀਜ਼ਨ ਪਰਮਾਨੈਂਟ ਰੈਜ਼ੀਡੈਂਟ ਜਾਂ ਫਿਰ ਵਰਕ ਪਰਮਿਟ ਹੋਲਡਰ ਹੋਣ Hindu Kamma Naidu ਲੜਕੀ ਦੀ ਕੈਨੇਡਾ UK ਅਤੇ US ਤੋਂ ਨੈਕਸਟ ਪ੍ਰੋਫਾਈਲ ਜੋ ਹੈ ਜੀ 35 ਸਾਲਾਂ ਦੇ 6 ਫੁੱਟ 3 ਇੰਚ ਦੇ ਗੁੱਡ ਲੁਕਿੰਗ ਯੂਐਸਾ ਸਿਟੀਜ਼ਨ ਪੰਜਾਬੀ ਜੱਟ ਸਿੱਖ ਲੜਕੇ ਦੀ ਹੈ ਇਹਨਾਂ ਨੇ ਬੀਬੀਏ ਕੀਤੀ ਹੈ ਤੇ ਖੁਦ ਦਾ ਬਿਜ਼ਨਸ ਇਹ ኦਪਰੇਟ ਕਰਦੇ ਨੇ ਨਿਊ ਡਾਲੀ ਤੋਂ ਬਿਲੋਂਗ ਕਰਦੇ ਨੇ ਤਲਾਸ਼ ਹੈ 28 ਤੋਂ 34 ਸਾਲਾਂ ਦੇ ਅਨਮੈਰਿਡ ਕਿਸੇ ਵੀ ਵੀਜ਼ਾ ਸਟੇਟਸ ਤੇ ਸਿੱਖ ਕਾਸਟ ਨੋਬਲ ਲੜਕੇ ਦੀ ਯੂਐਸਾ ਤੋਂ ਸੋ ਨੈਕਸਟ ਪ੍ਰੋਫਾਈਲ 35 ਸਾਲਾਂ ਦੇ 5 ਫੁੱਟ 7 ਇੰਚ ਦੇ ਗੁੱਡ ਲੁਕਿੰਗ ਯੂਐਸਾ ਗ੍ਰੀਨ ਕਾਰਡ ਗ੍ਰੀਨ ਕਾਰਡ ਹੋਲਡਰ ਸਿੱਖ ਪੰਜਾਬੀ ਜੱਟ ਲੜਕੇ ਦੀ ਇਨਾ ਨੇ ਡਿਪਲੋਮਾ ਇਨ ਇਲੈਕਟ੍ਰੋਨਿਕ ਇੰਜੀਨੀਅਰਿੰਗ ਦੇ ਵਿੱਚ ਕੀਤਾ ਪ੍ਰਾਈਵੇਟ ਜੌਬ ਕਰਦੇ ਨੇ ਬੈਕਗਰਾਉਂਡ ਇਹਨਾਂ ਦਾ ਅਮ੍ਰਿਤਸਰ ਪੰਜਾਬ ਤੋਂ ਹੈ ਤਲਾਸ਼ ਆਏ 28 ਤੋਂ 35 ਸਾਲਾਂ ਦੀ ਉਮਰ ਦੇ ਸਿਟੀਜ਼ਨ ਪੀਆ ਵਰਕ ਪਰਮਿਟ ਹੋਲਡਰ ਸਿੱਖ ਪੰਜਾਬੀ ਜੱਟ ਲੜਕੀ ਦੀ ਕੈਨੇਡਾ ਯੂ ਐਸ ਤੋਂ ਨੈਕਸਟ ਜੋ ਪ੍ਰੋਫਾਈਲ ਸਾਡੇ ਕੋਲ ਆਉਜੀ 5 ਫੁੱਟ 9 ਇੰਚ ਦੇ 22 ਸਾਲਾਂ ਦੇ ਅਨਮੈਰਿਡ ਗੁੱਡ ਲੁਕਿੰਗ ਯੂ ਐਸ ਏ ਸਿਟੀਜ਼ਨ ਸਿੱਖ ਪੰਜਾਬੀ ਜੱਟ ਲੜਕੇ ਦੀ ਇਹਨਾਂ ਨੇ ਡਿਪਲੋਮਾ ਇਨ ਲਾਅ ਐਨਫੋਰਸਮੈਂਟ ਵਿੱਚ ਕੀਤਾ ਹੈ ਟਰੱਕ ਓਨਰ ਦੇ ਤੌਰ ਤੇ ਬਿਜ਼ਨਸ ਆਪਰੇਟ ਕਰਦੇ ਨੇ ਤਲਾਸ਼ ਕਰਦੇ ਨੇ 20 ਤੋਂ 24 ਸਾਲਾਂ ਦੀ ਉਮਰ ਦੇ ਵਿੱਚ ਕਿਸੇ ਵੀ ਵੀਜ਼ਾ ਸਟੇਟਸ ਤੇ ਸਿੱਖ ਕਾਸਨੋਵਾ ਲੜਕੀ ਨੂੰ ਕੈਨੇਡਾ ਯੂ ਐਸ ਏ ਤੋਂ ਨੈਕਸਟ ਨੈਕਸਟ ਪ੍ਰੋਫਾਈਲ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ 30 ਸਾਲਾਂ ਦੇ 5 ਫੁੱਟ 7 ਇੰਚ ਦੇ ਗੁੱਡ ਲੁਕਿੰਗ ਕੈਨੇਡੀਅਨ ਸਿਟੀਜ਼ਨ ਜੱਟ ਸਿੱਖ ਲੜਕੇ ਦੀ ਡਿਪਲੋਮਾ ਇਹਨਾਂ ਨੇ ਮੈਕੈਨikal ਦੇ ਵਿੱਚ ਕੀਤਾ ਹੈ ਟੈਕਨੀਸ਼ੀਅਨ ਦੇ ਤੌਰ ਤੇ ਜੌਬ ਕਰਦੇ ਨੇ ਲੁਧਿਆਣਾ ਪੰਜਾਬ ਨੂੰ ਬਿਲੋਂਗ ਕਰਦੇ ਨੇ ਤਲਾਸ਼ ਹੈ ਇਹਨਾਂ ਨੂੰ 25 ਤੋਂ 30 ਸਾਲਾਂ ਦੇ ਕਿਸੇ ਵੀ ਵੀਜ਼ਾ ਸਟੇਟਸ ਤੇ ਪੰਜਾਬੀ ਜੱਟ ਸੀ ਲੜਕੀ ਦੀ ਕੈਨੇਡਾ ਤੋਂ ਸੋ ਨੈਕਸਟ ਪ੍ਰੋਫਾਈਲ 39 ইয়ার্স ওল্ড 5 ফিট 11 ਇੰਚ અનਮੈਰਿਡ গুড লুকিং હિન્દੂ ਪਟੇਲ ਲੜਕੇ ਦੀ ਜੋ ਕਿ ਯੂ ਐਸ এ ਸਿਟੀਜ਼ਨ ਨੇ ਡਾਕਟੋਰੇਟ ਇਹਨਾਂ ਨੇ ਕੀਤੀ ਹੋਈ ਹੈ ਅਮਡੀ ਦੇ ਤੌਰ ਤੇ ਤੇ ਐਸ ਡਾਕਟਰ ਜੌਬ ਕਰਦੇ ਨੇ ਗੁਜਰਾਤ ਨੂੰ ਬਿਲੋਂਗ ਕਰਦੇ ਨੇ ਤੇ ਤਲਾਸ਼ ਹੈ 30 ਤੋਂ 35 ਸਾਲਾਂ ਦੇ અનਮੈਰਿਡ ਡਿਵੋਰਸਡ ਸਿਟੀਜ਼ਨ ਹਿੰਦੂ ਪਟੇਲ ਕਾਸਨੋਵਾ ਗਰਲ ਦੀ ਕੈਨੇਡਾ ਯੂ ਐਸ ਏ ਤੋਂ ਨੈਕਸਟ ਪ੍ਰੋਫਾਈਲ ਜੋ ਹੈ 52 ਇਅਰਸ 올ਡ ਜੈਂਟਲਮੈਨ ਦੀ ਹੈ ਜੱਟ ਸਿੱਖ ਪਰਿਵਾਰ ਨਾਲ ਸੰਬੰਧਿਤ ਨੇ 5 ਫੁੱਟ 8 ਇੰਚ ਕੱਦ ਹੈ ਤੇ ਡਾਵੋਰਸ ਨੇ ਕੈਨੇਡੀਅਨ ਸਿਟੀਜ਼ਨ ਨੇ ਇਹ ਜੀ ਇਹਨਾਂ ਨੇ ਬੈਚਲਰਸ ਇਨ ਆਰਟਸ ਕੀਤੀ ਹੈ ਪ੍ਰਾਈਵੇਟ ਜੌਬ ਕਰਦੇ ਨੇ ਤੇ ਪੰਜਾਬ ਤੋਂ ਨਵਾਂ ਸ਼ਹਿਰ ਨੂੰ ਬਿਲੋਂਗ ਕਰਦੇ ਨੇ ਵੇਖਦੇ ਨੇ 42 ਤੋਂ 48 ਇਅਰਸ 올ਡ ਵਿਡੋ ਸੈਪਰੇਟਿਡ ਡਾਵੋਰਸੀ ਜੋ ਸਿਟੀਜ਼ਨ ਪਰਮਨੈਂਟ ਰੈਜ਼ੀਡੈਂਟ ਜਾਂ ਫਿਰ ਵਰਕ ਪਰਮਿਟ ਹੋਲਡਰ ਹੋਣ ਜੱਟ ਸਿੱਖ ਬਾਮਨੀ ਨੂੰ ਸੁਬੰਧ ਰੱਖਦੀ ਹੋਈ ਵਿਮਨ ਦੀ ਕੈਨੇਡਾ ਅਤੇ ਯੂਐਸਏ ਅਗਲੀ ਪ੍ਰੋਫਾਈਲ ਜੋ ਸਾਡੇ ਕੋਲ ਹੈ ਉਹ ਜੀ 30 ਸਾਲਾਂ ਦੇ ਡਿਵੋਰਸੀ 5 ਫੁੱਟ 10 ਇੰਚ ਦੇ ਗੁੱਡ ਲੁਕਿੰਗ ਕੈਨੇਡੀਅਨ ਪੀਆਰ ਜੱਟ ਸਿੱਖ ਲੜਕੇ ਦੀ ਹੈ ਬੀਟੈਕ ਇਨਾਂ ਨੇ ਕੀਤੀ ਹੈ ਤੇ ਟ੍ਰਾਂਸਪੋਰਟੇਸ਼ਨ ਪ੍ਰੋਫੈਸ਼ਨਲ ਦੇ ਤੌਰ ਤੇ ਜੌਬ ਕਰਦੇ ਨੇ ਬੈਕਗ੍ਰਾਉਂਡ ਇਹਨਾਂ ਦਾ ਲੁਧਿਆਣਾ ਪੰਜਾਬ ਤੋਂ ਹੈ ਇਹਨਾਂ ਨੂੰ ਪਾਲ ਹੈ ਜੀ 24 ਤੋਂ 29 ਸਾਲਾਂ ਦੇ ਅਨਮੈਰਿਡ ਡਿਵੋਰਸੀ ਸਿਟੀਜ਼ਨ ਪਰਮਾਨੈਂਟ ਰੈਜ਼ੀਡੈਂਟ ਵਰਕ ਪਰਮਿਟ ਹੋਲਡਰ ਜੱਟ ਸਿੱਖ ਲੜਕੀ ਦੀ ਕੈਨੇਡਾ ਅਤੇ ਯੂਐਸਏ ਅਤੇ ਇੰਡੀਆ ਤੋਂ ਨੈਕਸਟ ਪ੍ਰੋਫਾਈਲ ਸ਼ੇਅਰ ਕਰਦੇ ਆ ਤੁਹਾਡਾ 34 ਸਾਲਾਂ ਦੇ 5 ਫੁੱਟ 11 ਇੰਚ ਦੇ ਕੈਨੇਡੀਅਨ ਸਿਟੀਜ਼ਨ ਲੜਕੇ ਦੀ MBA ਕੀਤੀ ਹੈ ਖੁਦ ਦਾ ਬਿਜ਼ਨਸ ਅਪਰੇਟ ਕਰਦੇ ਨੇ ਗੁੜਗਾਓ ਇੰਡੀਆ ਤੋਂ ਬਿਲੋਂਗ ਕਰਦੇ ਨੇ ਤੇ ਦੇਖ ਰਹੇ ਨੇ 27 ਤੋਂ 32 ਸਾਲਾਂ ਦੀ ਉਮਰ ਦੇ Hindu ਲੜਕੀ ਨੂੰ ਕਾਸਟ ਇਸ ਨੋ ਬਾਰ ਕੈਨੇਡਾ ਇੰਡੀਆ ਅਤੇ US ਤੋਂ ਨੈਕਸਟ ਪ੍ਰੋਫਾਈਲ ਜੋ ਤੁਹਾਡਾ ਸ਼ੇਅਰ ਕਰਾਂਗੇ ਜੀ 5 ਫੁੱਟ 8 ਇੰਚ ਦੇ 31 ਸਾਲਾਂ ਦੇ ਗੁੱਡ ਲੁਕਿੰਗ ਕੈਨੇਡੀਅਨ ਪਰਮਾਨੈਂਟ ਰੈਜ਼ੀਡੈਂਟ ਹੋਲਡਰ ਸਿੱਖ ਰਾਮਗੜੀਆ ਲੜਕੇ ਦੀ ਹੈ ਇਨਾਂ ਨੇ ਮਾਸਟਰਜ਼ ਇਲੈਕਟ੍ਰੋਨਿਕ ਇੰਜੀਨੀਅਰਿੰਗ ਦੇ ਵਿੱਚ ਕੀਤੀ ਹੈ ਇਤਿਆਜ਼ ਮੈਨੇਜਰ ਜੌਬ ਕਰਦਨੇ ਹੈ ব্যাকਗਰਾਉਂਡ ਪਟਿਆਲਾ ਪੰਜਾਬ ਤੋਂ ਹੈ ਐਂਡ ਹੀ ਇਸ ਲੁਕਿੰਗ ਫੋਰ 25 ਟੂ 30 ਇਅਰਸ 올ਡ ਅਨ ਮੈਰਿਡ ਸਿਟੀਜ਼ਨ ਪਰਮਨੈਂਟ ਰੈਜ਼ੀਡੈਂਟ ਵਰਕ ਪਰਮਿਟ ਹੋਲਡਰ ਸਟੂਡੈਂਟ ਵੀਜ਼ਾ ਜਾਂ ਫਿਰ ਟੈਂਪਰੇਰੀ ਵੀਜ਼ਾ ਹੋਲਡਰ ਸਿਖ ਰਾਮ ਗੜੀਆ ਲੜਕੀ ਨੂੰ ਪ੍ਰੀਫਰੈਂਸ ਹੈ ਦੈਨ ਇਸ ਕਾਸਟ ਨੋ ਬਾਰ ਲੜਕੀ ਇਹ ਖੁਦ ਲਈ ਦੇਖ ਰਹੀ ਨੇ ਕੈਨੇਡਾ ਤੋਂ ਸੋ ਨੈਕਸਟ ਪ੍ਰੋਫਾਈਲ ਜੋ ਹੈ ਉਹ ਨੇ ਜੇ 34 ਸਾਲਾਂ ਦੇ 5 ਫੁੱਟ 8 ਇੰਚ ਦੇ ਗੁੱਡ ਲੁਕਿੰਗ ਜੱਟ ਸਿੱਖ ਲੜਕੇ ਦੀ ਜੋ ਕਿ ਨੀਦਰਲੈਂ ਇਨਾਂ ਨੇ ਲੈਬੋਰੀਟਰੀ ਟੈਕਨੋਲੋਜੀ ਦੇ ਵਿੱਚ ਬੈਚਲਰਸ ਕੰਪਲੀਟ ਕੀਤੀ ਹੈ ਤੇ ਐਜ ਟੈਕਨੀਸ਼ੀਅਨ ਜੌਬ ਕਰਦੇ ਨੇ ਬੈਕਗਰਾਉਂਡ ਇਹਨਾਂ ਦਾ ਨਕੌਦਰ ਪੰਜਾਬ ਤੋਂ ਹੈ ਇਹ ਵੇਖਦੇ ਨੇ ਜੀ 28 ਤੋਂ 34 ਸਾਲਾਂ ਦੀ ਉਮਰ ਦੇ ਅਨਮੈਰਿਡ ਸਿਟੀਜ਼ਨ ਪਰਮਾਨੈਂਟ ਰੈਜ਼ੀਡੈਂਟ ਹੋਲਡਰ ਜੱਟ ਸੀ ਲੜਕੀ ਨੂੰ ਕੈਨੇਡਾ ਤੋਂ ਨੈਕਸਟ ਪ੍ਰੋਫਾਈਲ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੋ ਉਹ ਹੈ 38 ਸਾਲਾਂ ਦੇ 5 ਫੁੱਟ 9 ਇੰਚ ਦੇ ਡਿਵੋਰਸਡ ਗੁੱਡ ਲੁਕਿੰਗ ਪੰਜਾਬੀ ਜੱਟ ਸੀ ਲੜਕੇ ਦੀ ਜੋ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਨੇ ਡਿਪਲੋਮਾ ਇਹਨਾਂ ਨੇ ਆਈਟੀਆਈ ਦੇ ਵਿੱਚ ਕੀਤਾ ਤੇ ਟਰੱਕ ਡਰਾਈਵਰ ਦੇ ਤੌਰ ਤੇ ਜੌਬ ਕਰ ਇਹ ਵੇਖਦੇ ਨੇ 32 ਤੋਂ 38 ਸਾਲਾਂ ਦੀ ਉਮਰ ਦੇ ਡਿਵੋਰਸੀ ਸਿਟੀਜ਼ਨ ਪਰਮਨੈਂਟ ਰੈਜ਼ੀਡੈਂਟ ਹੋਲਡਰ ਜੱਟ ਸਿੱਖ ਲੜਕੀ ਨੂੰ ਕੈਨੇਡਾ ਤੋਂ ਸੋ ਨੈਕਸਟ ਪ੍ਰੋਫਾਈਲ 25 ਸਾਲਾਂ ਦੇ 5 ਫੁੱਟ 10 ਇੰਚ ਦੇ ਅਨਮੈਰਿਡ ਗੁੱਡ ਲੁਕਿੰਗ ਕੈਨੇਡੀਅਨ ਸਿਟੀਜ਼ਨ ਜੱਟ ਲੜਕੇ ਦੀ ਹੈ ਬੈਚਲਰਸ ਇਹਨਾਂ ਨੇ ਸਿਵਲ ਇੰਜੀਨੀਅਰਿੰਗ ਦੇ ਵਿੱਚ ਕੀਤੀ ਹੈ ਪ੍ਰਾਈਵੇਟ ਜੌਬ ਕਰਦੇ ਨੇ ਬੈਕਗ੍ਰਾਉਂਡ ਇਹਨਾਂ ਦਾ ਹੁਸ਼ਿਆਰਪੁਰ ਪੰਜਾਬ ਤੋਂ ਹੈ ਤਲਾਸ਼ ਹੈ ਇਹਨਾਂ ਨੂੰ ਖੁੱਦ ਦੇ ਲਈ 22 ਤੋਂ 26 ਸਾਲਾਂ ਦੇ ਅਨਮੈਰਿਡ ਜੋ ਸਿਟੀਜ਼ਨ ਹੋਣ ਸਿੱਖ ਪੰਜਾਬੀ ਜੱਟ ਲੜਕੀ ਦੀ ਕੈਨੇਡਾ ਤੋਂ ਸੋ ਨੈਕਸਟ ਪ੍ਰੋਫਾਈਲ 30 ਸਾਲਾਂ ਦੇ 5 ਫੁੱਟ 10 ਇੰਚ ਦੇ ਗੁੱਡ ਲੁਕਿੰਗ ਕੈਨੇਡੀਅਨ ਸਿਟੀਜ਼ਨ ਜੱਟ ਸਿੱਖ ਲੜਕੇ ਦੀ ਹੈ ਸੀਪੀਏ ਇਹਨਾਂ ਨੇ ਕੀਤੀ ਹੈ ਤੇ ਬਿਜ਼ਨਸ ਐਨਾਲਿਸਟ ਦੇ ਤੌਰ ਤੇ ਜੌਬ ਕਰਦੇ ਨੇ ਜਲੰਧਰ ਪੰਜਾਬ ਨੂੰ ਬਿਲੋਂਗ ਕਰਦੇ ਨੇ ਤੇ ਤਲਾਸ਼ ਹੈ 25 ਤੋਂ 29 ਸਾਲਾਂ ਦੀ ਉਮਰ ਦੇ ਅਨਮੈਰਿਡ ਜੋ ਸਿਟੀਜ਼ਨ ਪਰਮਾਨੈਂਟ ਰੈਜ਼ੀਡੈਂਟ ਹੋਣ ਕੈਨੇਡਾ ਦੇ ਵਿੱਚ ਜੱਟ ਸਿੱਖ ਪਰਿਵਾਰ ਨੂੰ ਸਬੰਧਿਤ ਰੱਖਦੀ ਲੜਕੀ ਦੀ ਨੈਕਸਟ ਪ੍ਰੋਫਾਈਲ 28 ਸਾਲਾਂ ਦੇ 5 ਫੁੱਟ 11 ਇੰਚ ਦੇ ਗੁੱਡ ਲੁਕਿੰਗ ਜੱਟ ਸਿੱਖ ਲੜਕੇ ਦੀ ਜੋ ਕੈਨੇਡਾ ਦੇ ਵਿੱਚ ਪੀਆਰ ਤੇ ਨੇ ਡਿਪਲੋਮਾ ਇਹਨਾਂ ਨੇ ਪ੍ਰੈਕਟੀਕਲ ਨਰਸਿੰਗ ਦੇ ਵਿੱਚ ਕੀਤਾ ਤੇ ਖੁਦ ਦਾ ਬਿਜ਼ਨਸ ਕਰਦੇ ਨੇ ਸਿਰਸਾ ਹਰਿਆਣਾ ਨੂੰ ਬਿਲੋਂਗ ਕਰਦੇ ਨੇ ਐਂਡ ਹੀ ਇਸ ਲੁਕਿੰਗ ਕਿ 24 ਤੋਂ 30 ਸਾਲਾਂ ਦੀ ਉਮਰ ਦੇ ਅਨਮੈਰਿਡ ਸਿਟੀਜ਼ਨ ਪਰਮਨੈਂਟ ਰੈਜ਼ੀਡੈਂਟ ਵਰਕ ਪਰਮਿਟ ਸਟੂਡੈਂਟ ਵੀਜ਼ਾ ਹੋਲਡਰ ਜੱਟ ਸਿੱਕ ਲੜਕੇ ਨੂੰ ਕੈਨੇਡਾ ਤੋਂ ਨੈਕਸਟ ਪ੍ਰੋਫਾਈਲ ਹੈ ਜੱਟ ਸਿੱਕ ਪਰਵਾਣਾ ਸੰਬੰਧਿਤ ਲੜਕੇ ਦੀ ਜੋ ਕਿ ਯੂਐਸਏ ਦੇ ਵਿੱਚ ਗ੍ਰੀਨ ਕਾਰਡ ਹੋਲਡਰ ਨੇ ਉਮਰ ਹੈ 39 ਸਾਲ ਕੱਦ ਹੈ 5 ਫੁੱਟ 9 ਇੰਚ ਗ੍ਰੈਜੂਏਸ਼ਨ ਕੀਤੀ ਹੈ ਤੇ ਮੈਕੈਨੀਕਲ ਇੰਜੀਨੀਅਰ ਦੇ ਤੌਰ ਤੇ ਜੌਬ ਕਰਦੇ ਨੇ ਤਲਾਸ਼ ਹੈ ਇਹਨਾਂ ਨੂੰ 31 ਤੋਂ 36 ਸਾਲਾਂ ਦੀ ਉਮਰ ਦੇ ਵਿੱਚ ਕਿਸੇ ਵੀ ਵੀਜ਼ਾ ਸਟੇਟਸ ਦੇ ਜੱਟ ਸਿੰਘ ਪਰਵਾਣਾ ਸਬੰਧਿਤ ਲੜਕੀ ਦੀ ਕੈਨੇਡਾ ਤੋਂ ਸੋ ਨੈਕਸਟ ਪ੍ਰੋਫਾਈਲ ਜੋ ਹੈ OGE 33 ইয়ার্স ওল্ড টॉल ওয়ার্ক ਪਰਮਿਟ ਹੋਲਡਰ ਜੋ ਕਿ ਯੂਐਸਏ ਦੇ ਵਿੱਚ ਨੇ ਕੰਪਲੀਟਿਡ ਬੀਟੈਕ ਇੱਕ ਡਾਟਾ ਐਨਾਲਿਸਟ ਦੇ ਤੌਰ ਤੇ ਜੌਬ ਕਰਦੇ ਨੇ ਤੇ ਤਲਾਸ਼ ਹੈ 27 ਤੋਂ 33 ਸਾਲਾਂ ਦੀ ਉਮਰ ਦੇ ਅਨਮੈਰਿਡ ਸਿਟੀਜ਼ਨ ਲੜਕੀ ਦੀ ਜੋ ਕਿ ਇਕੁਇਵਲੈਂਟ ਐਜੂਕੇਸ਼ਨ ਰੱਖਦੇ ਹੋਣ ਕੈਨੇਡਾ ਅਤੇ ਯੂ ਐਸ اے ਤੋਂ ਨੈਕਸਟ ਪ੍ਰੋਫਾਈਲ 47 ইয়ার্স ওল্ড ਜেন্টਲਮੈਨ ਦੀ ਹੈ ਜੀ ਜੋ হিন্দু ਬਿਲਹਾਰ ਫੈਮਲੀ ਨੂੰ ਬਿਲੋਂਗ ਕਰਦੇ ਨੇ ਪਰਮਾਨੈਂਟ ਰੈਜ਼ੀਡੈਂਟ ਨੇ ਕੈਨੇਡਾ ਦੇ ਵਿੱਚ ਹਾਈਟ ਹੈ ਇਹਨਾਂ ਦੀ 54 ਪ੍ਰਾਈਵੇਟ ਜੌਬ ਕਰਦੇ ਨੇ ਐਂਡ ਹੀ ਇਸ ਲੁਕਿੰਗ ਫੋਰ 32 ਟੂ 36 ইয়ার্স ওল্ড ਅਨਮੈਰਿਡ ਸਿਟੀਜ਼ਨ ਪਰਮਾਨੈਂਟ ਰੈਜ਼ੀਡੈਂਟ ਹੋਲਡਰ ਲੜਕੀ ਦੀ ਜੋ ਕਿਸੇ ਵੀ ਰਿਲੀਜੀਅਨ ਨੂੰ ਬਿਲੋਂਗ ਕਰਦੇ ਹੋਣ ਮਤਲਬ ਕਾਸਟ ਇਸ ਨੋ ਬਾਰ ਖੁਦ ਲਈ ਲੜਕੀ ਜਿਹੜੀ ਇਹ ਵੇਖ ਰਹੇ ਨੇ ਉਹ ਦੇਖ ਰਹੇ ਨੇ ਕੈਨੇਡਾ ਤੋਂ ਨੈਕਸਟ ਪ੍ਰੋਫਾਈਲ ਜੋ ਸ਼ੇਅਰ ਕਰ ਰਹੇ ਹਾਂ 5 ਫੁੱਟ 8 ਇੰਚ ਦੇ 42 ইয়ার্স ওલ્ડ ਡਿਵੋਰਸੀ ਗੁੱਡ ਲੁਕਿੰਗ ਕੈਨੇਡੀਅਨ ਸਿਟੀਜ਼ਨ ਖਿਤਰੀ ਜੈਂਟਲਮੈਨ ਦੇ ਐਨ ਐ ਡਬਲ ਗ੍ਰੈਜੂਏਸ਼ਨ ਕੀਤੀ ਹੈ ਐਮਬੀਏ ਕੀਤੀ ਹੋਈ ਹੈ ਐਂਡ ਸੌਫਟਵੇਅਰ ਕੰਸਲਟੈਂਟ ਦੇ ਤੌਰ ਤੇ ਜੌਬ ਕਰਦੇ ਨੇ ਚੰਡੀਗੜ੍ਹ ਨੂੰ ਬਿਲੋਂਗ ਕਰਦੇ ਨੇ ਐਂਡ ਹੀ ਇਸ ਲੁਕਿੰਗ ਫੋਰ 32 ਟੂ 40 ইয়ার্স ওલ્ડ ਔਮਨ ਨੂੰ ਤਲਾਸ਼ ਕਰ ਰਹੇ ਨੇ 언ਮੈਰਿਡ ਹੋਣ ਵਿਡੋ ਹੋਣ ਸੈਪਰੇਟਿਡ ਡਿਵੋਰਸੀ ਤੇ ਬਿਲੋਂਗ ਕਰਦੇ ਹੋਣ ਹਿੰਦੂ ਸਿੱਖ ਕ੍ਰਿਸਚੀਅਨ ਰਿਲੀਜੀਅਨ ਨੂੰ ਕਾਸਟ ਇਸ નો ਬਾਰ ਤੇ ਵਿਮਨ ਜਿਹੜੀ ਇਹ ਪ੍ਰੇਫਰ ਕਰਦੇ ਨੇ ਉਹ US ਤੋਂ ਕਿਸੇ ਵੀ ਵੀਜ਼ਾ ਸਟੇਟਸ ਦੇ ਨੈਕਸਟ ਪ੍ਰੋਫਾਈਲ ਜੋ ਸਾਡੇ ਕੋਲ ਹੈ ਉਹ ਨੇ ਜੀ 40 ਸਾਲਾਂ ਦੇ 5 ਫੁੱਟ 8 ਇੰਚ ਦੇ ਡਿਵੋਰਸ ਸੀ ਗੁੱਡ ਲੁਕਿੰਗ ਹਿੰਦੂ ਸਿੰਧੀ ਲੜਕੇ ਦੀ ਕੈਨੇਡਾ ਤੋਂ ਇਹਨਾਂ ਨੇ ਇਨਫੋਰਮੇਸ਼ਨ ਸਿਸਟਮ ਟੈਕਨੋਲੋਜੀ ਦੇ ਵਿੱਚ ਆਪਣੀ ਗ੍ਰੈਜੂਏਸ਼ਨ ਕੰਪਲੀਟ ਕੀਤੀ ਹੈ ਸੌਫਟਵੇਅਰ ਕੰਸਲਟੈਂਟ ਦੇ ਤੌਰ ਤੇ ਜੌਬ ਕਰਦੇ ਨੇ ਤੇ ਤਲਾਸ਼ ਕਰਦੇ ਨੇ 32 ਤੋਂ 40 ਸਾਲ ਦੀ ਉਮਰ ਦੇ ਅਨਮੈਰਿਡ ਵਿਡੋ ਸੈਪਰੇਟਡ ਡਿਵੋਰਸ ਸੀ ਕਿਸੇ ਵੀ ਵੀਜ਼ਾ ਸਟੇਟਸ ਦੇ ਹਿੰਦੂ ਸਿੰਧੀ ਲੜਕੀ ਨੂੰ ਕੈਨੇਡਾ ਅਤੇ US ਤੋਂ ਨੈਕਸਟ ਅਸੀਂ ਜੋ ਪ੍ਰੋਫਾਈਲ ਤੁਹਾਨੂੰ ਸ਼ੇਅਰ ਕਰਾਂਗੇ ਉਹ ਨੇ ਜੀ 29 ਸਾਲਾਂ ਦੇ 5 ਫੁੱਟ 11 ਇੰਚ ਦੇ ਗੁੱਡ ਲੁਕਿੰਗ ਯੂਐਸਏ ਸਿਟੀਜ਼ਨ ਪੰਜਾਬੀ ਜੱਟ ਸਿੱਖ ਲੜਕੇ ਦੀ ਜਿਨ੍ਹਾਂ ਨੇ ਬੈਚਲਰਸ ਫਾਈਨਾਂਸ ਐਂਡ ਬਿਜ਼ਨਸ ਵਿੱਚ ਕੰਪਲੀਟ ਕੀਤੀ ਹੈ ਅਤੇ ਫਾਈਨਾਂਸ ਪ੍ਰੋਫੈਸ਼ਨਲ ਦੇ ਤੌਰ ਤੇ ਹੀ ਜੌਬ ਕਰਦੇ ਨੇ ਬੈਕਗ੍ਰਾਉਂਡ ਇਹਨਾਂ ਦਾ ਲੁਧਿਆਣਾ ਪੰਜਾਬ ਤੋਂ ਹੈ ਤੇ ਇਹ ਵੇਖਦੇ ਨੇ 24 ਤੋਂ 29 ਸਾਲਾਂ ਦੀ ਉਮਰ ਦੇ ਅਨਮੈਰਿਡ ਜੋ ਸਿਟੀਜ਼ਨ ਹੋਣ ਪੰਜਾਬੀ ਜੱਟ ਸਿੱਖ ਲੜਕੇ ਨੂੰ ਯੂਐਸਏ ਤੋਂ ਅਗਲੇ ਪ੍ਰੋਫਾਈਲ ਸ਼ੇਅਰ ਕਰਾਂਗੇ ਜਿਹੜਾ ਨਾਲ ਜੀ ਜੱਟ ਸਿੱਖ ਪਰਿਵਾਰ ਨਾਲ ਸੰਬੰਧਿਤ ਲੜਕੇ ਦੀ ਜੋ ਯੂ अनमैरिड ਨੇ ਉਮਰ 38 ਸਾਲ ਕੱਦ 5 ਫੁੱਟ 8 ਇੰਚ ਤੇ ਟਰੱਕ ਡਰਾਈਵਰ ਦੇ ਤੌਰ ਤੇ ਜੌਬ ਕਰਦੇ ਨੇ ਤਲਾਸ਼ ਕਰਦੇ ਨੇ ਕਿਸੇ ਵੀ ਵੀਜ਼ਾ ਸਟੇਟਸ ਤੇ 31 ਤੋਂ 34 ਸਾਲਾਂ ਦੇ ਅਨਮੈਰਿਡ ਜੱਟ ਸਿੱਖ ਲੜਕੀ ਦੀ ਯੂਐਸਏ ਤੋਂ ਸੋ ਨੈਕਸਟ ਪ੍ਰੋਫਾਈਲ ਹੈ 30 ਸਾਲਾਂ ਦੇ 5 ਫੁੱਟ 9 ਇੰਚ ਦੇ ਗੁੱਡ ਲੁਕਿੰਗ ਹਿੰਦੂ ਰਾਜਪੂਤ ਲੜਕੇ ਦੀ ਜੋ ਕਿ ਵਰਕ ਪਰਮਿਟ ਦੇ ਨੇ ਕੈਨੇਡਾ ਦੇ ਵਿੱਚ ਬੀਟੈਕ ਇਹਨਾਂ ਨੇ ਕੀਤੀ ਹੈ ਪ੍ਰਾਈਵੇਟ ਜੌਬ ਕਰਦੇ ਨੇ ਦਿੱਲੀ ਤੋਂ ਬਿਲੋਂਗ ਕਰਦੇ ਨੇ ਇਹਨਾਂ ਨੂੰ ਤਲਾਸ਼ ਹੈ ਜੀ 25 ਤੋਂ 31 ਸਾਲਾਂ ਦੇ ਅਨਮੈਰਿਡ ਸਿਟੀਜ਼ਨ ਪਰਮਾਨੈਂਟ ਰੈਜ਼ੀਡੈਂਟ ਵਰਕ ਪਰਮਿਟ ਹੋਲਡਰ ਹਿੰਦੂ ਸਿੱਖ ਲੜਕੀ ਦੀ ਕੈਨੇਡਾ ਤੋਂ ਨੈਕਸਟ ਪ੍ਰੋਫਾਈਲ 30 ਸਾਲਾਂ ਦੇ 5 ਫੁੱਟ 6 ਇੰਚ ਦੇ ਅਨਮੈਰਿਡ ਗੁੱਡ ਲੁਕਿੰਗ ਕੈਨੇਡੀਅਨ ਸਿਟੀਜ਼ਨ 6 ਸੈਨੀ ਲੜਕੇ ਦੀ ਹੈ ਬੈਚਲਰਸ ਇਹਨਾਂ ਨੇ ਕਮਰਸ ਵਿੱਚ ਕੀਤੀ ਹੈ ਐਜ਼ ਮੈਨੇਜਰ ਜੌਬ ਕਰਦੇ ਨੇ ਪੰਜਾਬ ਤੋਂ ਗੁਰਦਾਸਪੁਰ ਨੂੰ ਬਿਲੋਂਗ ਕਰਦੇ ਨੇ ਤੇ ਤਲਾਸ਼ ਕਰਦੇ ਨੇ ਖੁਦ ਦੇ ਲਈ 25 ਤੋਂ 30 ਸਾਲਾਂ ਦੀ ਉਮਰ ਦੇ ਅਨਮੈਰਿਡ ਸਿਟੀਜ਼ਨ ਪਰਮਾਨੈਂਟ ਰੈਜ਼ੀਡੈਂਟ ਹੋਲਡਰ 6 ਸੈਨੀ ਨੈਕਸਟ ਇਸ ਕਾਸਟ ਨੋ ਅਗਲੇ ਪ੍ਰੋਫਾਈਲ ਹੈ ਜੀ ਹਿੰਦੂ ਬ੍ਰਾਹਮਣ ਜੈਂਟਲਮੈਨ ਦੇ ਯੂ ਐਸ ਏ ਤੋਂ ਇਹਨਾਂ ਦੀ ਏਜ ਹੈ 41 ইয়ার্স ਤੇ ਹਾਈਟ ਹੈ 5 ਫੁੱਟ 7 ਇੰਚ H1B ਵੀਜ਼ਾ ਹੋਲਡਰ ਨੇ ਇਹ ਕੈਨੇਡੀਅਨ ਸਿਟੀਜ਼ਨ ਨੇ ਇਹਨਾਂ ਨੇ ਡਾਕਟੋਰੇਟ ਇਨ ਐਮ ਡੀ ਕੰਪਲੀਟ ਕੀਤੇ ਆ ਆਪਣੀ ਤੇ ਅਸ ਡਾਕਟਰ ਜੌਬ ਕਰਦੇ ਨੇ ਰਾਜਕੋਟ ਨੂੰ ਬਿਲੋਂਗ ਕਰਦੇ ਨੇ ਸੋ ਐਂਡ ਹੀਜ਼ ਲੁਕਿੰਗ ਫॉर 34 ਟੂ 40 ইয়ার্স 올ਡ ਲੇਡੀ ਫ্রম ਕੈਨੇਡਾ Who must have citizen PR work permit and must belong to Hindu Brahmin family caste is no bar ਨੈਕਸਟ ਪ੍ਰੋਫਾਈਲ ਸ਼ੇਅਰ ਕਰਦੇ ਆਂ ਜੀ ਜੱਟ ਸਿੱਖ ਲੜਕੇ ਦੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਨੇ ਕਾਦੇ 5 ਫੁੱਟ 11 ਇੰਚ ਉਮਰ ਐ 36 ਸਾਲ ਪ੍ਰਾਈਵੇਟ ਜੌਬ ਕਰਦੇ ਨੇ ਮੋਗਾ ਪੰਜਾਬ ਨੂੰ ਬਿਲੋਂਗ ਕਰਦੇ ਨੇ ਤੇ ਤਲਾਸ਼ ਐ ਇਹਨਾਂ ਨੂੰ 32 ਤੋਂ 37 ਸਾਲਾਂ ਦੇ ਅਨਮੈਰਿਡ ਜੱਫੇ ਦਾਬੋਸੀ ਜੋ ਕਿ ਸਿਟੀਜ਼ਨ ਪਰਮਨੈਂਟ ਰੈਜ਼ਿਡੈਂਟ ਜਾਂ ਵਰਕ ਪਰਮਿਟ ਹੋਲਡਰ ਹੋਣ ਜੱਟ ਸਿੱਖ ਲੜਕੀ ਨੂੰ ਕੈਨੇਡਾ ਤੋਂ ਨੈਕਸਟ ਪ੍ਰੋਫਾਈਲ ਜੋ ਹੈ 36 ਸਾਲਾਂ ਦੇ 6 ਫੁੱਟ 10 ਇੰਚ ਦੇ ਗੁੱਡ ਲੁਕਿੰਗ ਜੱਟ ਸਿੱਖ ਲੜਕੇ ਦੇ ਕੈਨੇਡਾ ਤੋਂ ਜਿਨ੍ਹਾਂ ਨੇ ਬੈਚਲਰਸ ਆਪਣੀ ਐਲ ਐਲ ਬੀ ਦੇ ਵਿੱਚ ਕੀਤੀ ਐ ਤੇ ਐਜ਼ ਬੰਗਾ ਪੰਜਾਬ ਨੂੰ ਬਿਲੋਂਗ ਕਰਦੇ ਨੇ ਤੇ ਦੇਖਦੇ ਨੇ 29 ਤੋਂ 37 ਸਾਲਾਂ ਦੇ ਅਨਮੈਰਿਡ ਸਿਟੀਜ਼ਨ ਸਿੱਖ ਜੱਟ ਲੜਕੀ ਨੂੰ ਕਾਸਟ ਨੋ ਬਾਰ ਕੈਨੇਡਾ ਤੋਂ ਨੈਕਸਟ ਪ੍ਰੋਫਾਈਲ 30 ਸਾਲਾਂ ਦੇ 5 ਫੁੱਟ 11 ਇੰਚ ਦੇ ਰਾਮਗੜੀਆ ਸਿੱਖ ਲੜਕੇ ਦੀ ਹੈ ਜੋ ਕਿ ਕੈਨੇਡਾ ਦੇ ਵਿੱਚ ਸਿਟੀਜ਼ਨ ਨੇ ਬੈਚਲਰਸ ਕਮਰਸ ਦੇ ਵਿੱਚ ਕੀਤੀ ਐਜ਼ ਮੈਨੇਜਰ ਜੌਬ ਕਰਦੇ ਨੇ ਤੇ ਭਾਲ ਕਰਦੇ ਨੇ ਖੁੱਦੇ ਲਈ 25 ਤੋਂ 30 ਸਾਲਾਂ ਦੇ ਅਨਮੈਰਿਡ ਸਿਟੀਜ਼ਨ ਸਿੱਖ ਰਾਮਗੜੀਆ ਲੜਕੀ ਨੂੰ ਕੈਨੇਡਾ ਤੋਂ ਅਗਲੇ ਪ੍ਰੋਫਾਈਲ ਜੋ ਹੈ ਉਹ ਜੀ ਕੈਨੇਡੀਅਨ ਸਿਟੀਜ਼ਨ ਸਿੱਖ ਰਾਮਗੜੀਆ ਲੜਕੇ ਦੀ ਹੈ ਕੱਦ ਹੈ 5 ਫੁੱਟ 11 ਇੰਚ ਉਮਰ ਹੈ 31 ਸਾਲ ਡਿਪਲੋਮਾ ਇਹਨਾਂ ਨੇ ਮਕੈਨੀਕਲ ਇੰਜੀਨੀਅਰਿੰਗ ਚ ਕੀਤਾ ਹੈ ਖੁਦ ਦਾ ਬਿਜ਼ਨਸ ਕਰਦੇ ਨੇ ਬੈਕਗ੍ਰਾਉਂਡ ਸੰਗਰੂਰ ਪੰਜਾਬ ਤੋਂ ਹੈ ਤਲਾਸ਼ ਕਰਦੇ ਨੇ 25 ਤੋਂ 31 ਸਾਲਾਂ ਦੇ ਅਨਮੈਰਿਡ ਕਿਸੇ ਵੀ ਵੀਜ਼ਾ ਸਟੇਟਸ ਤੇ ਸਿੱਖ ਰਾਮਗੜੀਆ ਲੜਕੀ ਨੂੰ ਕਾਸਟ ਇਜ਼ ਨੋ ਬਾਰ ਸੈਕੰਡ ਚੁਆਇਸ ਇਹਨਾਂ ਦੀ ਹੀ ਹੈ ਤੇ ਕੈਨੇਡਾ ਤੋਂ ਹੀ ਦੇਖ ਰਹੇ ਨੇ ਲੜਕੀ ਨੂੰ ਤੇ ਅੱਜ ਦੇ ਇਸ ਐਪੀਸੋਡ ਦੇ ਜੋ ਲਾਸਟ ਪ੍ਰੋਫਾਈਲ ਹੈ ਉਹ ਹੈ ਜੀ 31 ਸਾਲਾਂ ਦੇ 5 ਫੁੱਟ 9 ਇੰਚ ਤੇ ਕੈਨੇਡੀਅਨ ਸਿਟੀਜ਼ਨ ਸਿੱਖ ਪ੍ਰਜਾਪਤੀ ਲੜਕੇ ਦੀ ਬੈਚਲਰਸ ਆਫ ਅਕਾਊਂਟਿੰਗ ਇਨਾਂ ਨੇ ਕੀਤੀ ਐ ਤੇ ਐਜ਼ ਅਕਾਊਂਟੈਂਟ ਜੌਬ ਕਰਦੇ ਨੇ ਜਲੰਧਰ ਪੰਜਾਬ ਨੂੰ ਬਿਲੋਂਗ ਕਰਦੇ ਨੇ ਐਂਡ ਹੀਜ਼ ਲੁਕਿੰਗ ਫਾਰ 26 ਟੂ 32 ইয়ার্স ওল্ড 언ਮੈਰਿਡ ਜੀਨਾ ਕੋਲ ਸਿਟੀਜ਼ਨ ਪਰਮਨੈਂਟ ਰੈਜ਼ੀਡੈਂਟ ਹੋਏ હિન્દੂ ਸਿੱਖ ਪ੍ਰਜਾਪਤੀ ਫੈਮਿਲੀ ਨੂੰ ਬਿਲੋਂਗ ਕਰਦੇ ਹੋਣ ਸੈਕੰਡ ਇਜ਼ ਕਾਸਟ নো ਬਾਰ ਲੜਕੀ ਐ ਖੁਦ ਦੇ ਲਈ ਦੇਖ ਰਹਿਣੀ ਜੀ ਕੈਨੇਡਾ ਤੋਂ ਤੇ ਇਹ ਸੀਗੇ ਅੱਜ ਦੇ ਐਪੀਸੋਡਸ ਜਾਂ ਖਾਸ ਪ੍ਰੋਫਾਈਲਸ ਤੇ ਤੁਸੀਂ ਇਹਨਾਂ ਪ੍ਰੋਫਾਈਲਸ ਨੂੰ ਮੈਚ ਕਰਦੇ ਹੋ ਕਿਸੇ ਵੀ ਪ੍ਰੋਫਾਈਲ ਨੂੰ ਮੈਚ ਕਰਦੇ ਹੋ ਤੇ ਰੈਫਰੈਂਸ ਦੇ ਕੇ ਸਾਨੂੰ ਕੰਟੈਕਟ ਕਰਨਾ ਹੈ ਨੰਬਰ 6478 ਜਾਂ ਫਿਰ ਵਿਜ਼ਿਟ ਕਰੋ ਜੀ ਸਾਡੀ ਵੈਬਸਾਈਟ www.nriambay.com ਥੈਂਕ ਯੂ